ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਜਿੰਦਰ ਸਿੰਘ ਸਹਿਗਲ ਸਾਈ ਓਰਸ ਐਜੂਕੇਸ਼ਨ ਸਰਵਿਸ ਤੋਂ ਅੱਜ ਇੱਕ ਹੋਰ ਸਕਸੈਸ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ। ਸੋ ਇਹ ਬੱਚਾ ਲੱਕੀ ਸਟੂਡੈਂਟ ਪ੍ਰਦੀਪ ਸਿੰਘ, ਜਿਹਦਾ ਕਿ ਦੁਬਾਰਾ ਅਸੀਂ ਯੂਕੇ ਦਾ ਵੀਜ਼ਾ ਅਪਰੂਵ ਕਰਵਾ ਕੇ ਦਿੱਤਾ। ਸੋ ਡੇਲੀ ਤੁਸੀਂ ਦੇਖ ਰਹੇ ਹੋ ਕਿ ਅਸੀਂ ਕਾਫੀ ਵੀਜ਼ਾ ਅਪਰੂਵ ਕਰਵਾ ਕੇ ਦੇ ਰਹੇ ਹਾਂ ਬੱਚਿਆਂ ਨੂੰ। ਅਗਰ ਤੁਸੀਂ ਵੀ ਅਪਲਾਈ ਕਰਨਾ ਚਾਹ ਰਹੇ ਹੋ ਤਾਂ ਸਾਈ ਓਰਸ ਐਜੂਕੇਸ਼ਨ ਸਰਵਿਸ ਵਿਜ਼ਿਟ ਕਰੋ। ਪ੍ਰਦੀਪ ਜੀ, ਮੈਨੂੰ ਦੱਸੋ ਤੁਹਾਡੀ ਕੋਈ ਐਮਬੈਸੀ ਤੋਂ ਜਾਂ ਕੋਈ ਯੂਨੀਵਰਸਿਟੀ ਤੋਂ ਇੰਟਰਵਿਊ ਕਾਲ? ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਬੜੀ ਦੇਰ ਤੋਂ ਮੈਂ ਇੱਥੇ ਆ ਰਿਹਾ। ਸਾਡੇ ਬਹੁਤ ਸਾਰੇ ਸਟੂਡੈਂਟ ਸਾਈਪ੍ਰਸ, ਸਿੰਗਾਪੁਰ, ਯੂਕੇ ਵੀ ਸਤੰਬਰ ਸਿਸਟਰ ਦਾ ਲੜਕਾ ਸੀ ਜੀ, ਉਹ ਗਿਆ ਹੋਇਆ ਯੂਕੇ। ਤੇ ਹੁਣ ਸਾਡੇ ਹੋਰ ਵੀ ਦੋ ਚਾਰ ਸਟੂਡੈਂਟ ਅਪਲਾਈ, ਉਹ ਵੀ ਪੂਰੀ ਉਮੀਦ ਹੈ ਵੀ ਵੀਜ਼ੇ ਸਾਡੇ ਸਕਸੈਸ ਸਾਰਿਆਂ ਹੋ। ਸੋ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਵਿਸ਼ਵਾਸ ਹੈ ਕਿ ਹਰ ਕੋਈ ਜਿਹੜੇ ਕਿ ਇੱਕ ਵੀਜ਼ਾ ਲਗਵਾਉਣ ਤੋਂ ਬਾਅਦ ਆਪਣੇ ਬਾਕੀ ਰਿਲੇਟਿਵਸ ਨੂੰ ਵੀ ਲੈ ਕੇ ਆ ਰਿਹਾ। ਸੋ ਇਹਨਾਂ ਦਾ ਰੋਹਿਤ ਜਿਹੜਾ ਕਿ ਭਾਂਜਾ ਸੀ, ਉਹ ਲਾਸਟ ਡੇ ਕਿ ਸਾਡੇ ਥਰੂ ਗਿਆ ਸੀ, ਅੱਜ ਦੁਬਾਰਾ ਹੀ ਇਹਨਾਂ ਨੇ ਵਿਜ਼ਿਟ ਕਰਵਾਇਆ ਇਹਨਾਂ ਨੂੰ। ਔਰ ਬੜੀ ਇੱਕ ਮੈਂ ਕਹਾਂਗਾ ਇੱਕ ਟੈਨਸ਼ਨ ਵਾਲਾ ਕੰਮ ਹੁੰਦਾ ਹੈ ਕਿ ਕਿਸੇ ਨੂੰ ਰਿਸਪੋਂਸੀਬਿਲਟੀ ਉਠਾਉਣੀ, ਔਰ ਜ਼ਿਆਦਾ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਇਹਨਾਂ ਨੂੰ ਕਾਲਸ ਕੀਤੀ ਜਾ ਰਹੀ ਸੀ ਕਿ ਵੀਜ਼ਾ ਆਏਗਾ ਕਿ ਨਹੀਂ ਆਏਗਾ, ਔਰ ਇਹ ਕਹਿ ਰਹੇ ਸੀ ਕਿ ਮੈਂ ਹਮੇਸ਼ਾ ਸਰ ਮੈਨੂੰ ਕਾਲ ਕਰਕੇ ਕਿ ਪ੍ਰਦੀਪ ਦਾ ਵੀਜ਼ਾ ਜ਼ਰੂਰ ਆਏ ਕਿਉਂਕਿ ਮੇਰੇ ਨੌਨ ਇੱਚ ਹੈ। ਸੋ ਇੱਕ ਬੜੀ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ ਕਿਸੇ ਨੂੰ ਲੈ ਕੇ ਆਫਿਸ ਦੇ ਵਿਜ਼ਿਟ ਕਰਵਾਉਣਾ, ਔਰ ਇਹ ਚੀਜ਼ ਕਹਿਣਾ ਕਿ ਸਰ ਇਹ ਕੰਪਨੀ ਦਾ ਸਕਸੈਸ ਰੇਟ ਬਹੁਤ ਅੱਛਾ, ਤੁਸੀਂ ਇਹਨਾਂ ਕੋਲ ਅਪਲਾਈ ਕਰੋ। ਸੋ ਸਾਈ ਓਵਰਸੀਜ਼ ਕੰਪਨੀ ਡੇਲੀ ਯੂਕੇ ਦੇ ਬਹੁਤ ਵੀਜ਼ਾ ਅਪਰੂਵ ਕਰਵਾ ਕੇ ਦੇ ਰਹੀ ਹੈ। ਅਗਰ ਤੁਸੀਂ ਵੀ ਯੂਕੇ ਜਾਣਾ ਚਾਹ ਰਹੇ ਹੋ ਤਾਂ ਸਾਈ ਓਵਰਸੀਜ਼ ਵਿਜ਼ਿਟ ਕਰੋ। ਥੈਂਕ ਯੂ ਵੈਰੀ ਮੱਚ।